ਯੁੱਧ ਆਏ, ਅਸ਼ੋਕ ਨੇ ਰਾਜ ਕੀਤਾ। ਪਹਿਲਾਂ ਵੀ ਪੰਜਾਬ ਦਾ ਟੈਕਸਲਾ ਗਵਰਨਰ ਰਿਹਾ ਉਹ, ਉਹਦਾ ਜਿਹੜਾ ਸਿਲਾਲੇਖ ਆ ਇੱਥੋਂ ਸ਼ਾਹਬਾਜ ਜਿਹੜੀ ਪਾਕਿਸਤਾਨੀ ਪੰਜਾਬ ਤੋਂ ਮਿਲਿਆ, ਉਹ ਡਾਕਟਰ ਵੀਰ ਸਨ ਨੇ ਉਹਦਾ ਰੈਫਰੈਂਸ ਦਿੱਤਾ ਆਪਣੀ ਕਿਤਾਬ 'ਚ ਦਾ ਪਛਾਚਾ ਲੈਂਗੁਏਜ। ਉਹਦੇ ਵਿੱਚ ਕੁਛ ਸ਼ਬਦ ਇਹੋ ਜਿਹੇ ਨੇ ਜੇ ਅੱਜ ਵੀ ਅਸੀਂ ਪੰਜਾਬੀ 'ਚ ਬੋਲਦੇ ਹਾਂ, ਜਿਵੇਂ ਧੀ ਸ਼ਬਦ ਆ ਪੰਜਾਬ ਵਿੱਚ ਅੱਜ ਵੀ ਬੋਲਿਆ ਜਾਂਦਾ ਅਤੇ ਸਿੰਧ ਵਿੱਚ ਵੀ ਬੋਲਿਆ ਜਾਂਦਾ, ਜਦਕਿ ਮਗਧ ਦੇ ਵਿੱਚ ਜਿਹੜਾ ਕਿ ਅਸ਼ੋਕ ਦਾ ਨੇਟਿਵ ਲੈਂਡ ਆ ਉਹਦੀ, ਉੱਥੇ ਕੋਈ ਨਹੀਂ ਬੋਲਦਾ ਇਸ ਨੂੰ, ਕਿਉਂਕਿ ਉੱਥੇ ਉਹਨਾਂ ਦਾ ਸ਼ਬਦ ਹੀ ਹੈ ਨਹੀਂ। ਇਹਨਾਂ ਨੇ ਪ੍ਰਕਿਰਤਾ ਵਾਲਿਆਂ ਨੇ ਸਾਡੇ ਕੋਲੋਂ ਸ਼ਬਦ ਲਏ ਨੇ ਇਹ। ਫਿਰ ਇੱਕ ਗਿਣਤੀ ਆਉਂਦੀ ਹੈ ਉਹਦੇ ਵਿੱਚ 7-8 ਡਿਓਡ। ਹੁਣ ਇਹ ਦੇਖੋ ਪੰਜਾਬ 'ਚ ਅੱਜ ਵੀ ਅਸੀਂ ਬੋਲਦੇ ਹਾਂ, ਅਤੇ ਇਹਦਾ ਮਤਲਬ ਇਹ ਸ਼ਬਦ ਜਿਹੜੇ ਜਦੋਂ ਅਸ਼ੋਕ ਨੇ ਵਰਤੇ ਨੇ ਤਾਂ ਪੰਜਾਬ ਵਿੱਚ ਅੱਜ ਵੀ ਅਸੀਂ, ਇਹਦਾ ਮਤਲਬ ਪੰਜਾਬੀ ਜਿਹੜੀ ਆ ਐਕਸਪਲਾਇਟ ਅਸ਼ੋਕ ਨੇ ਵੀ